ਇਹ ਗੱਲਾਂ ਬੜੀਆਂ ਡੂਗੀਆਂ ਸਾਰੀਆਂ ਗੱਲਾਂ ਤੇ ਸੁਣ ਕੇ ਅਮਲ ਵੀ ਕੀਤੇ ਕਰੋ। ਅਸੀਂ ਤੁਹਾਨੂੰ ਕਦੀ ਕਿਸੇ ਜਲਸਾ ਕੋਈ ਜਲਸਾ ਦੱਸੇ ਸ਼ਾਹ ਜੀ, ਮੈਂ ਬੜੀਆਂ ਬੜੀਆਂ ਕਾਨਫਰੰਸਾਂ ਗਿਆ, ਵੱਡੀ ਕਾਨਫਰੰਸਾਂ ਜਦੋਂ ਖਤਮ ਹੋਣ ਦੇ ਕਰੀਬ ਆਉਂਦੀਆਂ ਸਨ ਤੇ ਉਸ ਵੇਲੇ ਕੋਪਨ ਵੇਚਦੇ ਸਨ, 50-50 ਰੁਪਏ ਦੇ, 10-10 ਰੁਪਏ ਦੇ ਕਾਨਫਰੰਸ ਦਾ ਬੜਾ ਖਰਚ ਹੋਇਆ, ਪੈਸੇ ਦਿਓ। ਤੁਸੀਂ ਦੱਸੋ ਅਸੀਂ 2 ਨਵੰਬਰ ਨੂੰ ਤੁਹਾਨੂੰ ਰੋਟੀਆਂ ਵੀ ਖਵਾਈਆਂ, ਪਾਣੀ ਵੀ ਪਿਲਾਏ, ਪਿਸਤੇ ਬਦਾਮ ਵੀ ਖਵਾਏ। ਗੁਜਰ ਖਾਨ ਤੋਂ ਇੱਕ ਬੰਦਾ ਬੋਰੀ ਭਰ ਕੇ ਲਿਆਇਆ ਸੀ, ਕਹਿੰਦਾ ਤੂੰ ਜੇ ਕਹਿੰਦਾ ਪਿਸਤੇ ਬਦਾਮ ਤੇ ਇਹ ਮੇਰੀ ਤਰਫੋਂ ਤੇ ਖਵਾ ਦੇ। ਕੌਣ ਦੇਤਾ ਹੈ ਦੇਨੇ ਕੋ ਮੂੰਹ ਚਾਹੀਏ, ਕੌਣ ਦੇਤਾ ਹੈ ਦੇਨੇ ਕੋ ਇਹ ਸਾਰੀਆਂ ਰਸਮਾਂ ਸਾਂ ਯਾਰ ਮੁਕਾਈਆਂ ਕਿ ਨਹੀਂ। ਤੁਹਾਡੀ ਜੇਬਾਂ ਵੱਲ ਅਸੀਂ ਕਦੀ ਵੇਖੇ ਨਹੀਂ, ਬਲਕਿ ਤੁਹਾਨੂੰ ਵੇਖ ਕੇ ਅਸੀਂ ਹੋਰ ਦੁਆ ਦਿੰਦੇ ਹਾਂ। ਐ ਮੈਂ ਬੱਚੇ ਵੇਖਣਾ ਨਾ ਜਦੋਂ ਮੋਟਰਸਾਈਕਲਾਂ ਤੇ, ਮੈਂ ਕਹਿੰਦਾ ਯਾ ਅੱਲਾ ਇਹ ਮਾਜ਼ ਤੇਰੇ ਤੇ ਤੇਰੇ ਹਬੀਬ ਦੀ ਰਜ਼ਾ ਵਾਸਤੇ ਬੱਚੇ ਆਏ ਫਿਰਦੇ ਨੇ, ਇਹ ਆਪਣੇ ਸਵੇਰੇ ਨਾਲ ਕੰਮ ਤੇ ਵੀ ਜਾਣਾ, ਪੈਟਰੋਲ ਆਪਣੀ ਜੇਬ ਵਿੱਚ ਭਾਵੇਂ ਕਰਜ਼ ਲੈ ਕੇ ਆਏ ਹੋਣ, ਮੈਂ ਦੁਆਵਾਂ ਮੰਗਦਾ, ਰਾਤੀ ਵੀ ਉੱਠ ਕੇ ਮੰਗਣਾ, ਯਾ ਅੱਲਾ ਇਹਨਾਂ ਨੂੰ ਆਪਣੇ ਖਜ਼ਾਨੇ ਚੋਂ ਬੜਾ ਰਿਜ਼ਕ ਦੇਵੀਂ। ਇਹ ਮਾਜ਼ ਇਸ ਦੌਰ ਵਿੱਚ ਸਾਡੇ ਨਾਲ ਤੇਰੀ ਰਜ਼ਾ ਵਾਸਤੇ ਲੱਗੇ ਹੋਏ ਜਿੱਥੇ ਹਰ ਬੰਦਾ ਪਿਆਲੀ ਤੇ ਵਿਕ ਰਿਹਾ, ਯਾ ਅੱਲਾ ਇਹ ਤੇ ਮੈਦਾਨ 'ਚ ਖੜੇ ਹੋ ਕੇ ਗੋਲੀਆਂ ਵੀ ਇਹਨਾਂ ਖਾਧੀਆਂ, ਔਰ ਇਹ ਫੈਜ਼ਾਬਾਦ ਵਿੱਚ ਚਲਦੇ ਹੋਏ ਜਨਾਬ ਗੋਲੀਆਂ ਵਿੱਚ ਖੜੇ ਰਹਿ, ਇਹ ਦਰਿਆਏ ਜੇਹਲਮ ਉੱਤੇ ਪਹੁੰਚ ਕੇ ਤੇ ਕਰੀਬ ਸੀ ਕਿ ਛਾਲਾਂ ਮਾਰ ਦਿੰਦੇ। ਮੈਂ ਤੁਹਾਡੇ ਵਾਸਤੇ ਦੁਆਵਾਂ ਮੰਗਦਾ, ਤੁਹਾਡੀਆਂ ਜੇਬਾਂ ਵੱਲ ਕਦੀ ਨਹੀਂ ਨਜ਼ਰ ਪਾਈ, ਮੈਂ ਤੁਹਾਡੇ ਮਾਲ ਵੇਖ ਕੇ ਮੈਨੂੰ ਮੈਂ ਪੁੱਛਦਾ ਨਾ ਕਿਹਦੇ ਤੇ ਆਇਓ, ਆਪਣੀ ਗੱਡੀ ਤੇ, ਫਿਰ ਮੈਂ ਅੱਲਾ ਦਾ ਸ਼ੁਕਰ ਅਦਾ ਕਰਨਾ, ਯਾ ਅੱਲਾ ਲੱਬੈਕ ਵਾਲੇ ਕੋ ਆਪਣੀ ਗੱਡੀ ਮੌਜੂਦ, ਮੈਂ ਤੁਹਾਡੇ ਵਾਸਤੇ ਹਮੇਸ਼ਾ ਸ਼ੁਕਰ ਅਦਾ ਕਰਨਾ। ਜਿਹੜਾ ਵੀ ਕੋਦਰੇ ਜਾਏ ਤੇ ਮੈਂ ਇਹ ਅਰਜ਼ ਕਰਨਾ, ਹਜ਼ੂਰ ਸਾਡੇ ਕੋਲ ਕੋਈ ਸ਼ੈ ਨਹੀਂ, ਤੁਹਾਡੇ ਗੁਲਾਮ ਇਹੋ ਜਿਹੇ ਲੱਗੇ ਹੋਏ ਜਿਹੜੇ ਇੱਕ ਦਿਨ ਦੀ ਮਜ਼ਦੂਰੀ ਕਰਕੇ ਦੂਸਰੇ ਦਿਨ ਪਤਾ ਨਹੀਂ ਰੋਟੀ ਲੱਭਣੀ ਜਾਂ ਨਹੀਂ, ਲੱਬੈਕ ਨਾਲ ਖੜੇ ਨੇ ਬੜੀ ਦਲੇਰੀ। ਮੈਂ ਤੁਹਾਡੇ ਉੱਤੇ ਨਾਜ਼ ਕਰਨਾ, ਮੈਂ ਨਹੀਂ ਕਰਦਾ, ਜਿਨ੍ਹਾਂ ਦਾ ਕੰਮ ਕਰ ਰਹੇ ਉਹ ਵੀ ਨਾਜ਼ ਕਰਨਾ। ਗੁੰਬਦ ਖਜ਼ਰਾ ਸ਼ਰੀਫ ਦੇ ਸਾਹਮਣੇ ਨਾਰੇ ਲੱਗਦੇ ਨੇ, ਬਲਕਿ ਮੈਨੂੰ ਇੱਕ ਅਰਬ ਆਲਮ ਮਿਲਣ ਆਏ ਤੇ ਕਹਿਣ ਲੱਗੇ ਪੂਰੇ ਅਰਬ ਦੇ ਉਲਮਾ ਤੇਰੇ ਨਾਲ ਕਹਿੰਦੇ ਨੇ ਯੁਹਿੱਬੂ ਨਾ ਕਹਿੰਦੇ ਜੀ, ਉਹ ਕਹਿੰਦੇ ਸਾਰੇ ਤੇਰੇ ਨਾਲ ਮੁਹੱਬਤ ਕਰਨੇ। ਮੈਂ ਆਖਿਆ ਕਿਉਂ ਕਰਦੇ ਨੇ? ਕਹਿੰਦਾ ਤੂੰ ਜਿਹੜੀ ਗੱਲ ਕਰਨਾ ਨਾ ਉਹਨਾਂ ਨੂੰ, ਕਹਿੰਦੇ ਨੇ ਸਮਝ ਆਉਂਦੀ ਜਾਂ ਨਹੀਂ, ਕੋਈ ਦਿਲ ਨੂੰ ਜ਼ਰੂਰ ਛਿੱਕ ਪੈਂਦੀ। ਹਾਂਜੀ, ਉਹ ਮੈਨੂੰ ਕਹਿਣ ਲੱਗੇ ਮੈਂ ਜਿਸ ਇਲਾਕੇ 'ਚ ਵੀ ਗਿਆ ਲੋਕਾਂ ਤੇਰੇ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ, ਐਨ ਅਰਬੀ, ਲੇਕਿਨ ਉਹ ਕਹਿੰਦੇ ਨਾ ਅਸੀਂ ਤੇਰੇ ਨਾਲ ਮੁਹੱਬਤ ਕਰਨੇ ਆ, ਇੱਕੋ ਗੱਲ ਤੋਂ ਮੁਹੱਬਤ ਕਰਦੇ ਨਾ, ਮੈਂ ਹਜ਼ੂਰ ਦੀਆਂ ਜੇ ਗੱਲਾਂ ਕਰਨਾ। ਤੂੰ ਆਇਆ ਨਾ ਦਰ ਤੇ ਕਿਉਂ ਬਦ ਨਸੀਬਾ, ਉਹ ਹਜ਼ਾਰਾਂ ਰੰਗਾਂ ਵਿੱਚ